ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਫਸਟ ਆਫ ਆਲ ਗੁੱਡ ਮਾਰਨਿੰਗ, ਅਤੇ ਅੱਜ ਆਪਾਂ ਸਵਾਗਤ ਕਰਦੇ ਹਾਂ ਇੱਕ ਨਵੇਂ ਬਲੌਗ ਦੇ ਵਿੱਚ। ਮਾਰਨਿੰਗ ਦਾ ਟਾਈਮ ਹੈ ਜੀ, ਅਤੇ ਮੈਂ ਛੱਡ ਕੇ ਆਇਆ ਆਪਣਾ ਜਿਹੜੇ ਆਪਣੇ ਵੀਰ ਭਰਾ ਸਟੂਡੈਂਟ ਨੇ, ਹੈ ਨਾ, ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਹੁਣ ਕੰਮ 'ਤੇ ਛੱਡ ਕੇ ਅਤੇ ਮੈਂ ਘਰ ਨੂੰ ਵਾਪਸ ਹੋ ਗਿਆ। ਅਤੇ ਇਦੂ ਬਾਅਦ ਹੁਣ ਘਰ ਜਾ ਕੇ ਜਾਣਾ ਆਪਾਂ ਕਾਲਜ, ਟਰਾਈ ਕਰਾਂਗੇ ਅੱਜ ਆਪਾਂ ਸਾਰੇ ਦਿਨ ਦੇ ਸ਼ਾਰਟ ਲੈਣੇ ਆ ਗੇਣ। ਅੱਜ ਇੱਕ ਡੇਲੀ ਬਲੌਗ ਕਾਇੰਡ ਆਫ ਆਪਾਂ ਸ਼ੂਟ ਕਰਨਾ, ਵੀ ਡੇ ਰੂਟੀਨ ਲਾ ਲਓ, ਹੈ ਨਾ, ਤੁਸੀਂ ਮੇਰਾ ਜਾਂ ਕੁਛ ਹੋਰ। ਅਤੇ ਮੈਂ ਤੜਕੇ 4:30 ਦਾ ਉੱਠਿਆ, ਹੁਣ ਮੇਰੇ ਕੋਲ 6:30 ਹੋ ਗਏ। ਮੈਂ ਤੁਹਾਨੂੰ ਦਿਖਾਉਣਾ ਹਜੇ ਹੁਣੇ ਹੁਣੇ ਸਵੇਰਾ ਚੜ੍ਹਿਆ ਹੈਗਾ, ਅਤੇ ਬਾਕੀ ਤੁਸੀਂ ਕਰਿਓ ਚੈੱਕ ਫਿਰ ਕੀ ਬਣਦਾ ਆ। ਅਤੇ ਚਲੋ ਫਿਰ ਲਓ ਛੜਕਦੇ ਨਜ਼ਾਰੇ। ਆਹ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਇੱਥੇ 6:30 ਹੋਏ, ਹੈ ਨਾ, ਮੋਰਨਿੰਗ ਦਾ ਟਾਈਮ ਆ। ਅਤੇ ਚੈੱਕ ਕਰੋ ਬਾਈ, ਬਾਹਰ ਹੈਗਾ ਪਿੰਡ ਹੈ ਜੀ, ਕੈਨੇਡਾ ਦਾ ਪਿੰਡ ਹੈ। ਇੱਥੇ ਕੋਈ ਬੱਸ ਨਹੀਂ ਚੱਲਦੀ, ਆਪਣੇ ਜਿਵੇਂ ਨਹੀਂ ਕਹਿੰਦੇ ਹੁੰਦੇ ਵੀ ਬੱਸਾਂ ਨਹੀਂ ਆਉਂਦੀਆਂ ਪਿੰਡਾਂ 'ਚ, ਉਹ ਆ, ਇੱਥੇ ਕੋਈ ਬੱਸ ਨਹੀਂ ਚੱਲਦੀ ਗੀ। ਮੋਰਨਿੰਗ ਮੋਰਨਿੰਗ ਤੁਸੀਂ ਭੀੜ ਦੇਖੋ ਕਿੰਨੀ ਆ। ਹੁਣ ਇਹਨੂੰ ਲਾਉਣੇ ਆਪਾਂ ਟਾਈਮ ਸਲੈਪਸ 'ਤੇ, ਅਤੇ ਬੈਕਗਰਾਊਂਡ ਦੇ ਵਿੱਚ ਮਿਊਜ਼ਿਕ ਦੇ ਦਾਂਗੇ, ਅਤੇ ਫਿਰ ਤੁਸੀਂ ਕਰਿਓ ਇੰਜੋਏ ਜਿੰਨਾ ਚਿਰ ਆਪਾਂ ਬ੍ਰੈਂਪਟਨ ਨਹੀਂ ਪਹੁੰਚਦੇ। ਬਸ ਇੱਕ ਦੋ ਬੱਤੀਆਂ ਹੋਰ ਟੱਪ ਕੇ ਆਪਾਂ ਬ੍ਰੈਂਪਟਨ ਪਹੁੰਚਣ ਵਾਲੇ ਹਾਂ। ਲੱਗਦਾ ਮੈਂ ਪਿੱਛੇ ਜਿਹੜਾ ਤੁਸੀਂ ਟਾਈਮ ਲੈਪਸ ਦੇਖ ਕੇ ਹਟੇ, ਉਹਦੇ 'ਚ ਆਰਾਮ ਨਾਲ ਆਪਾਂ 15-20 ਕਿਲੋਮੀਟਰ ਕਵਰ ਕਰ ਲਿਆ। ਅਤੇ ਤੁਸੀਂ ਟਰਾਲੇ ਜਾਂਦੇ ਦੇਖੋ ਮਿੱਤਰੋ, ਜਿਹੜੇ ਆਪਣੇ ਪੰਜਾਬੀ ਬਹੁਤ ਸ਼ੌਕੀਨ ਨੇ ਟਰਾਲਿਆਂ ਦੇ। ਆਹ ਬੱਤੀਆਂ ਟੱਪ ਕੇ ਬਸ ਇੱਕ ਦੋ ਬੱਤੀਆਂ ਹੋਰ ਆਉਣੀਆਂ, ਆਪਾਂ ਬ੍ਰੈਂਪਟਨ ਐਂਟਰ ਹੋ ਜਾਵਾਂਗੇ। ਤੁਹਾਨੂੰ ਮਿਲਦੇ ਹਾਂ ਅੱਗੇ ਜਾ ਕੇ। ਆਪਾਂ ਮੁੰਡਾ ਚੱਕਣਾ ਇੱਕ ਜਿਹੜਾ ਨੇ ਨਾਲ ਹੁਣ ਕਾਲਜ ਜਾਣਾ, ਅਤੇ ਫਿਰ ਬਸ ਘਰ ਜਾ ਕੇ ਮੈਂ ਹਜੇ ਤਿਆਰ ਹੋਣਾ, ਅਤੇ ਬਸ ਉਦੋਂ ਬਾਅਦ ਫਿਰ ਤੁਹਾਨੂੰ ਕਾਲਜ ਲੈ ਕੇ ਚੱਲਦੇ ਹਾਂ ਅੱਜ। ਕਸਮੀ ਗੱਲ ਕਹਿਣਾ, ਪਿੱਛੇ ਐਡੀ ਵੱਡੀ ਲਾਈਨ ਸੀ ਅਤੇ ਤੁਸੀਂ ਆਹ ਮਗਰ ਦੇਖੋ, ਇੱਥੋਂ ਐਂ ਗੱਡੀਆਂ ਤੁਰੀਆਂ ਹੀ ਆ ਰਹੀਆਂ ਨੇ, ਤੁਰੀਆਂ ਆ ਰਹੀਆਂ, ਜਿਵੇਂ ਭੇਡ ਦੇ ਮਗਰ ਭੇਡ ਤੁਰੀ ਜਾਂਦੀ ਹੁੰਦੀ ਆ। ਦੇਖੋ ਤੁਸੀਂ ਆ, ਹੋਰ ਆ ਗਈ ਆ, ਹੋਰ ਕਿਉਂ ਬਰਾਤ ਜਾਂਦੀ ਉਹਨੇ ਐਮ ਐਲ ਏ ਟਾਪ ਦਾ ਹੁੰਦਾ ਇੰਡੀਆ, ਗੱਡੀ 'ਤੇ ਗੱਡੀ ਚੜ੍ਹੀ ਪਈ ਆ, ਨਾਲੇ ਲਿੰਕ ਰੋਡ ਆ ਬਾਬੇ, ਇਹ ਹਾਈਵੇ ਤਾਂ ਹੈ ਹੀ ਨਹੀਂ। ਹਾਈਵੇ ਤਾਂ ਤੁਹਾਨੂੰ ਅੱਜ ਦਿਖਾਊਂਗਾ ਜਲੂਸ ਨਿਕਲਿਆ ਪਿਆ ਹਾਈਵੇ 'ਤੇ, ਜਿੱਦਾਂ ਰਾਤ ਮੋਰਨਿੰਗ ਟਾਈਮ ਹੁੰਦਾ ਜਿਹੜਾ ਅੱਗੇ ਆਉਂਦਾ ਸਟੋਪ ਸਾਈਨ 'ਤੇ ਆਪਾਂ ਸਟੋਪ ਕਰਨਾ, ਫਿਰ ਜਿਹੜਾ ਇਹ ਜਿਹੜਾ ਉੱਥੇ ਆ ਕੇ ਪਹਿਲਾਂ ਰੁਕਿਆ ਹੋਊ ਉਹਨੂੰ ਆਪਾਂ ਸਾਈਡ ਦੇਣੀ। ਹੁਣ ਉਹ ਗੱਡੀ ਵਾਲਾ ਟੱਪ ਗਿਆ, ਹੁਣ ਆਹ ਟੱਪੂ ਮੇਰੇ ਮੂਹਰੇ ਵਾਲਾ, ਉਹ ਨਾਲ ਦੇ ਨੇ ਉਵੇਂ ਤੋਰ ਲਈ। ਹੁਣ ਉਹ ਮੂਹਰਲੇ ਨਾਲੋਂ ਆਪਾਂ ਪਹਿਲਾਂ ਸਟੋਪ ਸਾਈਨ ਲਿੱਤਾ, ਇਹਦੇ ਨਾਲੋਂ ਵੀ ਪਹਿਲਾਂ ਆਪਾਂ ਲਿੱਤਾ ਨਾ, ਤਾਂ ਆਪਾਂ ਚੱਲਾਂਗੇ। ਇੱਧਰ ਕੋਈ ਹੈ ਨਹੀਂ ਸੀਗਾ, ਸੋ ਗਾਈਸ ਮੂਵ ਫੋਰਵਰਡ। ਆਹ ਬਸ ਹੁਣ ਆਹ ਸਟੋਪ ਸਾਈਨ ਤੋਂ ਬਾਅਦ ਆਪਾਂ ਐਂਟਰ ਹੋ ਜਾਣਾ ਬ੍ਰੈਂਪਟਨ। ਇਹ ਬ੍ਰੈਂਪਟਨ ਦੇ ਖੇਤ ਨੇ, ਇੱਥੇ ਮੱਕੀ ਬੀਜੀ ਹੋਈ ਸੀ ਪਹਿਲਾਂ, ਹੁਣ ਇਹਨਾਂ ਨੇ ਦੁਬਾਰੇ ਵਾਹ ਵੂ ਕੇ ਬੀਜਣਗੇ। ਰਾਜ ਟਰੈਕਟਰ ਮਿਸ ਹੋ ਗਿਆ ਜਿਹੜਾ ਪਿੱਛੇ ਟਾਈਮ ਲੈਪ ਸੀਗਾ ਨਾ, ਉਹਦੇ ਵਿੱਚ ਆਪਾਂ ਮੈਂ ਟਰੈਕਟਰ ਖੜਾ ਸੀਗਾ ਰੋਡ ਦੇ ਉੱਪਰ ਹੀ, ਟਰੈਕਟਰ ਮਗਰ ਤਵੀਆਂ ਤੁਵੀਆਂ ਹੌਲ ਹੌਲ ਪਾਏ ਹੋਏ ਸੀ ਉਹਦੇ, ਅਤੇ ਥੋੜ੍ਹੀ ਜਿਹੀ ਰਾਈਡ ਅਨਕੰਫਰਟੇਬਲ ਹੋਈ ਪਈ ਆ, ਕਿਉਂਕਿ ਇੱਥੇ ਥੋੜ੍ਹੀਆਂ ਜਿਹੀਆਂ ਉਖਲੀਆਂ ਨੇ, ਉਖਲੀਆਂ ਕਿ ਉਹ ਬਸ ਪੰਪ ਜਿਹੇ ਨੇ ਬਸ ਰੋਡ ਦੇ ਵਿੱਚ। ਬਾਕੀ ਮੋਰਨਿੰਗ ਧੁੱਪ ਬਹੁਤ ਸੋਹਣੀ ਨਿਕਲੀ ਅੱਜ, ਟੈਂਪਰੇਚਰ 12 ਡਿਗਰੀ ਆ, ਠੀਕ ਆ, ਗਰਮੀ ਆ, ਹੈ ਨਾ, ਕੱਛਿਆਂ 'ਚ ਬੈਠੇ ਹਾਂ। ਚਲੋ ਕੋਈ ਗੱਲ ਨਹੀਂ, ਮਿਲਦੇ ਹਾਂ ਅੱਗੇ। ਲਓ ਜੀ ਆਪਾਂ ਪਹੁੰਚ ਗਏ ਮੁੰਡੇ ਦੇ ਘਰ। ਆਹ ਘਰ ਆ ਮੁੰਡੇ ਦਾ, ਜਿੱਥੇ ਉਹ ਆਪਦੇ ਰਿਸ਼ਤੇਦਾਰਾਂ ਨਾਲ ਰਹਿੰਦਾ, ਹੈ ਨਾ। ਹੁਣ ਆਪਾਂ ਲੈ ਲਈਏ 3-point turn, 3-point turn ਹੁੰਦਾ ਗੱਡੀ ਰੋਕੋ, ਇੱਦਾਂ ਮੋੜ ਲਈ, ਫੁੱਲ ਮੋੜ ਕੇ, ਮਤਲਬ ਤੁਸੀਂ ਕਿਸੇ ਦੇ ਡਰਾਈਵ 'ਤੇ ਨਹੀਂ ਚੜਾਉਣੀ, ਅਤੇ ਨਾ ਹੀ ਆ ਕਾਰ ਬਣਾ ਲੱਗਣ ਦੇਣੀ ਆ। ਵਾਪਸ ਘੁਮਾ ਦਿਓ,
ਹੁਣ ਆਪਾਂ ਉਹਦੀ ਕਰਦੇ ਹਾਂ ਵੇਟ ਅਤੇ ਉਹਨੂੰ ਕਹਾਂਗੇ ਵੀ ਭਾਈ ਤੂੰ ਚਲਾ ਗੱਡੀ ਅਤੇ ਅਸੀਂ ਲੈਣੇ ਹਾਂ ਦੋ ਕੁ ਸ਼ਾਟ ਬਾਹਰ ਦੇ। ਉਹਨੂੰ ਕਰਦਾ ਦੁਬਾਰੇ ਫੋਨ, ਆ ਜੂ ਅਸੀਂ ਜੀ ਆ ਜੂ ਹੁਣ ਤਾਂ ਆ ਗਿਆ ਮੁੰਡਾ, ਆ ਗਿਆ ਮੁੰਡਾ। ਕੀ ਹਾਲ ਚਾਲ ਨੇ? ਅੱਧੀਆਂ ਮਹਾਲਿਆਂ 'ਚ ਫਿਰਦਾ ਬਾਈ, ਸਮਰ ਦੇ ਨੇਰੇ ਤਾਂ ਇਹ ਲੈਂਦਾ। ਤੁਰ ਤੱਕ ਲੈ ਕੇ ਜਾਏਗਾ ਬੁਲਾ ਵੀ, ਅੱਜ ਤਾਂ ਨਜ਼ਾਰਾ ਆਜੂ, ਸੌਂ ਕੇ ਜਾਵਾਂਗੇ ਕਿਚਨਰ ਨੂੰ। ਚੱਲ ਗੇਰਾ ਘਰੇ ਤਾਂ ਲੈ ਕੇ ਚੱਲ, ਦੇਖਦੇ ਹਾਂ ਫਿਰ। ਤੂੰ ਐਂ ਸੀਟ ਅੱਗੇ ਕਰ ਲਾ, ਮੈਂ ਸੀਟ ਪਿੱਛੋਂ ਥੱਲੋਂ ਵਾਲੀ ਮਗਰ ਹੋ ਗਈ। ਡਰਾਈਵਰ ਸਾਹਿਬ ਸਾਡੇ, ਚੱਲੀਏ। ਚਲੋ ਫਿਰ ਲਓ ਮਿੱਤਰਾ, ਆਪਾਂ ਪਾ ਕੇ ਕੱਪੜੇ ਤਿਆਰ ਆ ਹਨ ਅਤੇ ਮਿਲਦੇ ਹੁਣ ਤੁਹਾਨੂੰ ਹਾਈਵੇ 'ਤੇ। ਚੱਲ ਤਾਂ ਇਹਦੇ ਵਰਗਾ ਹੋ, ਦੇਖਦਾ ਪਤਾ ਹੀ ਨਹੀਂ ਦੇਖਦਾ, ਪਰ ਵੀ ਆਰ ਬੋਥ ਆਰ ਰੈਡੀ। ਤੁਹਾਨੂੰ ਕਿਹਾ ਸੀ ਨਾ ਜਾਮ ਲੱਗੂਗਾ, ਆ ਲੱਗ ਗਿਆ। ਆ ਰੈੱਡ ਲਾਈਨ ਦੇਖ ਲਓ ਤੁਸੀਂ ਕਿੱਥੋਂ ਤੱਕ ਜਾਂਦੀ ਹੈ, ਇਹ ਸਾਰਾ ਜਾਮ ਲੱਗਿਆ ਹੋਇਆ। ਜਾਮ ਲੱਗਿਆ ਹੋਇਆ ਕੀ ਤੁਸੀਂ ਅੱਗੇ ਵੀ ਦੇਖ ਹੀ ਸਕਦੇ ਹੋ, ਉਹ ਉਧਰੋਂ ਤਾਂ ਤੁਰਦਾ ਹੀ ਨਹੀਂ ਕੋਈ, ਆਮ ਗੱਡੀਆਂ ਮਾੜੀਆਂ ਮਾੜੀਆਂ ਤੁਰੀ ਜਾਂਦੀਆਂ ਨੇ। ਪਰਲਾ ਤਾਂ ਸਾਰਾ ਹਾਈਵੇ ਬੰਦ ਹੀ ਹੋਇਆ, ਜਿਹੜੀਆਂ ਪਰਲੀਆਂ ਲੇਨਾਂ ਨੇ ਜਿਹੜੀਆਂ ਉਧਰੋਂ ਆਈ ਜਾਂਦੀਆਂ ਨੇ, ਇਧਰਲੀਆਂ ਨੇ ਆ। ਚਲੋ ਵੀ ਹੁਣ ਫਿਰ ਟਾਈਮ ਸਲੈਬ 'ਤੇ ਪਾਉਣੇ ਆ ਅਤੇ ਫਿਰ ਦੇਖਦੇ ਹਾਂ ਵੀ ਕਿੰਨੇ ਕੁ ਟਾਈਮ 'ਚ ਪਹੁੰਚਦੇ ਹਾਂ। ਮੈਂ ਤਾਂ 65 ਕਿਲੋਮੀਟਰ ਜਾਣਾ ਅਤੇ 40 ਮਿੰਟ ਲੱਗਣਗੇ। ਚੱਲ ਕੋਈ ਨਹੀਂ, ਦੇਖੀ ਜਾਓ ਘਰੋਂ ਇੰਜੋਏ। ਸਾਡੀ ਕਲਾਸ ਔਰ ਕਲਾਸ ਤੋਂ ਬਾਅਦ ਨਿਕਲੇ ਅਸੀਂ ਬ੍ਰੇਕ 'ਤੇ, ਬ੍ਰੇਕ 'ਤੇ, ਬ੍ਰੇਕ 'ਤੇ, ਬ੍ਰੇਕ 'ਤੇ, ਬ੍ਰੇਕ 'ਤੇ, ਬ੍ਰੇਕ 'ਤੇ। ਆ ਸਟਾਰ ਬੱਕ ਦਾ ਖਾਲੀ ਪੇ ਲਾਇਆ, ਵਧੀਆ ਵੇਲਾ ਲਾਇਆ। ਕਾਹਦਾ ਟੱਪੂ ਟੱਪੂ ਕਰੀ ਜਾਂਦਾ, ਖਾਲੀ ਕਲਾਸਾਂ, ਲਿਫਟ ਵੀ ਹੈਗੀ ਆ ਬੋਲ, ਦੇਖ ਕੱਚਾ ਕੰਮ ਹੀ ਕੀਤਾ ਪਿਆ। ਉੱਤਰਦੇ 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 ਲੈ ਵੀ ਸਾਡੇ ਕਾਲਜ 'ਚ ਹੈਗਾ ਸਟਾਰ ਬੱਕ, ਆਪਣੇ ਵਾਲੇ ਬੈਠੇ ਨੇ ਦੋ ਤਿੰਨ। ਹੁਣ ਚੱਲਦੇ ਹਾਂ ਵੈਂਡਿੰਗ ਮਸ਼ੀਨਸ 'ਤੇ। ਪੰਦਰਾਂ ਮਿੰਟ ਲਾਈਨ 'ਚ ਲੱਗ ਕੇ ਬਈ ਚਾਹ ਲਿੱਤੀ ਆਪਾਂ, ਚਾਹ ਤੜਕੇ ਦੀ, ਕਿਉਂ 4 ਵਜੇ ਦੀ ਹੁਣ ਦੂਜੀ ਵਾਰ ਚਾਹ ਪੀਣ ਲੱਗੇ ਹਾਂ। ਖਤਮ ਹੋਇਆ ਪਿਆ ਕੰਮ ਮਿੱਤਰੋ, ਖਤਮ ਹੋਇਆ ਪਿਆ। ਚਾਹ ਬਿਨਾਂ ਤਾਂ ਗੱਡੀ ਚੱਲਦੀ ਨਹੀਂ, ਜਮਾਂ ਵੀ ਨਹੀਂ ਚੱਲਦੀ, ਨੀਂਦ ਆਈ ਜਾਂਦੀ ਕਲਾਸ 'ਚ ਬੈਠੇ ਨੂੰ। ਲਓ ਵੀ ਮਿੱਤਰੋ, ਅੱਜ ਪਹੁੰਚਿਆ ਇੱਕ ਘੈਂਟ ਜੀ ਥਾਂ 'ਤੇ। ਤੂੰ ਕੀ ਕਹਿਣਾ ਓਏ, ਫੜ ਫੋਨ ਵਾਲੇ ਹੋਰ
ਉਹ ਹੈਗਾ ਤਾਂ ਇਹ ਪ੍ਰਾਈਵੇਟ ਡੌਗ ਹੈ। ਚੱਲ ਕੋਈ ਨਹੀਂ, ਮਾੜਾ ਜਿਹਾ ਦੇਖ ਲੈਂਦੇ ਯਾਰ। ਉਹ ਤਾਂ ਡੌਗ ਉੱਧਰ ਲਾਉਣਾ, ਆਹ ਸ਼ਾਇਦ ਐਂ ਹੋਵੇ, ਦੇਖਦੇ ਹਾਂ। ਚਲੋ ਤੁਹਾਨੂੰ ਦਿਖਾਉਣਾ ਇੱਕ ਚੀਜ਼, ਦਿਖਾਉਣਾ ਮੈਂ ਇੱਕ ਚੀਜ਼ ਦਿਖਾਉਣਾ ਤੁਹਾਨੂੰ। ਕਰੋ ਬਈ ਚੈੱਕ, ਬਹੁਤ ਵੱਡੀ ਲੇਕ ਯਾਰ ਆਣਾ। ਪ੍ਰਾਈਵੇਟ ਫਿਰ ਆਪਾਂ ਚੱਲਦੇ ਹਾਂ ਬਸ ਹੁਣੀ, ਆਪਾਂ ਕਿਹੜਾ ਇੱਥੇ ਦੋ ਸਦੀਆਂ ਲਾਉਣੀਆਂ ਨੇ। ਹਾਂਜੀ ਮਿੱਤਰੋ, ਲੈ ਤੁਸੀਂ ਦੇਖ ਲਿਓ ਆਪਾਂ ਪਹੁੰਚ ਗਏ ਘਰੇ, ਅਤੇ ਹੁਣ ਜਾਂਦੇ ਜੀ ਆਪਾਂ ਦੁਪਹਿਰ ਵਾਲੀ ਜਿਹੜੇ ਤੜਕੇ ਮੁੰਡੇ ਕੰਮ 'ਤੇ ਛੱਡ ਕੇ ਉਹਨਾਂ ਨੂੰ ਲੈਣ ਚੱਲਦੇ ਹਾਂ, ਤੁਹਾਨੂੰ ਵੀ ਨਾਲ ਲੈ ਕੇ ਚੱਲਾਂਗੇ। ਕਲਾਸ ਲਾਇਆ, ਲੇਕ ਦੇਖਿਆ ਜੀ, ਲਾਪਰੀ ਕੋਲ ਕੁਛ ਕਲਿੱਪਾਂ ਰਹਿ ਗਈਆਂ, ਉਹ ਜਦੋਂ ਉਹਨਾਂ ਨੂੰ ਲੈਣ ਗਿਆ ਹੈ ਨਾ, ਉਹਦੇ ਕੋਲੋਂ ਜਾ ਕੇ ਚੱਕ ਕੇ ਲੈ ਕੇ ਆਵਾਂਗੇ। ਮੁੜਦੇ ਹੋਏ ਮਤਲਬ ਜਦੋਂ ਉਹਨਾਂ ਨੂੰ ਲੈਣ ਗਿਆ, ਉੱਥੇ ਇੱਕ ਲਾਪੀ ਦੇ ਘਰ ਕੋਲ ਇੱਕ ਮੁੰਡੇ ਨੂੰ ਡਰੋਪ ਕਰਨਾ, ਅਤੇ ਉੱਥੇ ਉਹਦੀਆਂ ਕਲਿੱਪਾਂ ਵੀ ਚੱਕਾਂਗੇ। ਚਲੋ ਜੀ ਹੁਣ ਚੱਲਦੇ ਹਾਂ, ਹੁਣ ਕਰਦੇ ਆਪਾਂ ਸਾਰੇ ਜਾਣੇ ਡਰੋਪ। ਡਰੋਪ ਕਰਕੇ ਮੈਨੂੰ ਜਦੋਂ ਚੌਥਾ ਬੰਦਾ ਡਰੋਪ ਕਰਨ ਲੱਗਿਆ, ਅਤੇ ਮੈਨੂੰ ਮਿਲ ਗਿਆ ਸਾਹਮਣੇ ਪਾਰਕ, ਅਤੇ ਅੱਜ ਧੁੱਪ ਵੀ ਸੋਹਣੀ ਨਿਕਲੀ ਹੋਈ ਹੈ ਨਾ, ਦਿਨ ਸੋਹਣੇ ਲੱਗਣ ਲੱਗ ਗਏ। ਮਤਲਬ ਹੁਣ ਕੈਨੇਡਾ, ਹੁਣ ਬਾਹਰ ਅੰਦਰ ਬੰਦਾ ਜਾ ਸਕਦਾ। ਅਤੇ ਹੁਣ ਆਪਾਂ ਬੈਠੇ ਪੀਂਘ ਝੂਟ ਰਹੇ ਹਾਂ, ਦੋ ਤਿੰਨ ਮਿੰਟ ਝੂਟਣੀ ਆ, ਜਦੋਂ ਢਿੱਡ ਜਿਹਾ ਭਰ ਗਿਆ ਬਸ ਗੱਡੀ ਘਰ ਨੂੰ ਫੈਂਟ ਦੇਣੀ ਆ। ਹੁਣ ਮੇਰਾ ਪੀਂਘ ਘੱਟ ਝੂਟ ਰਿਹਾ, ਵੈਸੇ ਮੇਰਾ ਗੱਡੀ ਕਿੰਨੀ ਵੱਧ ਧਿਆਨ ਆ, ਗੱਡੀ ਮੈਂ ਰੋਡ 'ਤੇ ਖੜਾਈ ਆ ਵੀ ਕੋਈ ਆ ਕੇ ਚੱਕ ਹੀ ਨਾ ਲਵੇ। ਅਤੇ ਮੈਨੂੰ ਲੱਗਦਾ ਮੈਂ ਚਾਬੀ ਹੈਗੀ ਆ ਜੇਬ 'ਚ। ਚਲੋ ਜੀ ਫਿਰ ਅੱਗੇ ਦਿਖਾਉਣੇ ਆ ਤੁਹਾਨੂੰ ਕੁਛ ਨਾ ਕੁਛ ਤਾਂ। ਇਹ ਆਹੜਾ ਜਿੱਥੇ ਵੈਂਡੀਜ਼ ਲਿਖਿਆ ਹੈ ਬਾਬੇ, ਇਹ ਹੈਗਾ ਸ਼ੈਡਨ ਪਲਾਜ਼ਾ, ਜਿੱਥੇ ਪਾਈਦੀਆਂ ਹੁੰਦੀਆਂ ਗੇੜੀਆਂ, ਅਤੇ ਉਹ ਹੈਗਾ ਸ਼ੈਡਨ ਕਾਲਜ। ਅਤੇ ਆਪਾਂ ਹੁਣ ਇੱਥੇ ਬੰਦਾ ਛੱਡ ਕੇ ਗਏ ਹਾਂ, ਅਤੇ ਹੁਣ ਆਪਾਂ ਇੱਥੋਂ ਆਵਾਂਗੇ ਘਰ ਨੂੰ। ਘਰ ਜਾ ਕੇ ਦੇਖਦੇ ਹਾਂ ਕੋਈ ਕੰਮ ਧੰਦਾ ਕਰਦੇ ਹਾਂ, ਜੇ ਅਰਸ਼ ਉਰਸ਼ ਆ ਗਿਆ ਤੁਹਾਨੂੰ, ਅਰਸ਼ ਕਹਿੰਦਾ ਯੂਟਿਊਬਰ ਆ ਜਾਣ ਨੂੰ, ਉਹਦੇ ਕੋਲ ਜਾ ਆਵਾਂਗੇ। ਚਲੋ ਜੀ ਅੱਗੇ ਮਿਲਦੇ ਹਾਂ। ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਕਾਰ ਵਾਸ਼ 'ਤੇ, ਵਿਹਲਾ ਹੀ ਪਿਆ। ਗੱਡੀ ਵਿੱਚੋਂ ਵੀ ਸਾਫ਼ ਕਰਾਂਗੇ ਅਤੇ ਬਾਹਰੋਂ ਵੀ ਕਰਾਵਾਂਗੇ। ਇੱਥੇ ਆਪਣਾ ਕੋਈ ਖਰਚਾ ਨਹੀਂ ਹੁੰਦਾ, ਇੱਥੇ ਸਾਰਾ ਕੰਮ ਆਪਣਾ ਫ੍ਰੀ ਕਰਾਉਣੇ ਆਪਾਂ। ਇਹਨਾਂ ਨੇ ਮਤਲਬ ਇੰਨਾ ਇਨਸਾਈਡ ਵਾਲਾ ਤਾਂ ਚੱਕਤਾ ਹੁਣ ਕੰਮ, ਇਕੱਲਾ ਵੈਕਿਊਮ ਲੱਗੂਗਾ। ਚੱਲ ਵੈਕਿਊਮ ਲਾ ਲਾਂਗੇ, ਕੋਈ ਗੱਲ ਨਹੀਂ, ਗੱਡੀ ਧਵਾਈ ਜਾਊਗੀ, ਵੈਕਿਊਮ ਕਰਾਈ ਜਾਊਗੀ। ਚੱਕ ਲਿਆਵਾਂਗੇ ਯਾਰ, ਜੇ ਤੇਰ ਸਪਰੇਆਂ ਜਾਂ ਦੇਤੀਆਂ ਤਾਂ। ਕੀ ਹਾਲ ਚਾਲ ਨੇ? ਵਧੀਆ, ਬਸ ਟਾਈਮ ਪਾਸ ਕਰੀ ਜਾਂਦੇ ਆ। ਕਾਲਜ ਜਾ ਕੇ ਆਏ ਅੱਜ? ਸੁੱਤਾ ਪਿਆ ਤਾਂ? ਉਹ ਗੱਡੀ ਖੜੀ ਹੋਈ ਲੈਂਟਰ, ਉਹਦੇ ਵੀ ਆਪਣੇ ਨਾਲ ਦੇ ਵੀਲ ਪਾਏ ਹੋਏ ਆ। ਕੀ ਹਾਲ ਚਾਲ ਨੇ? ਠੀਕ ਹੈ ਜੀ, ਵਧੀਆ, ਤੁਸੀਂ ਸੁਣਾਓ? ਬਲੌਗ ਪਾ ਰਹੇ ਹੋ? ਬਲੌਗ ਪਾ ਰਹੇ ਹਾਂ ਅੱਜ। ਦੇਖੀ ਮੇਰਾ ਪਿਕਚਰ ਨਹੀਂ ਆ ਗਿਆ? ਨਹੀਂ ਆਇਆ, ਕਿ ਲਿਆਉਣਾ ਹੈ ਦੱਸੋ, ਫਿਰ ਉਵੇਂ ਕਰ ਲਾਂਗੇ। ਜਿੱਦਾਂ ਲਿਆਉਣਾ ਲਿਆ ਦਿੰਦੇ, ਜੇ ਨਹੀਂ ਲਿਆ ਕੇ ਦੇਣਾ ਨਾ ਲਿਆਉਣੇ ਆ, ਪਾ ਦਿੰਦੇ ਆ। ਆਪਣੇ ਮਿੱਤਰ ਨੇ ਇੱਥੇ ਕੰਮ ਕਰਦੇ ਨੇ, ਇਹ ਬਹੁਤ ਹੈਲਪ ਕਰਦੇ ਨੇ ਆਪਣੀ ਇਹ ਹਰੇਕ ਚੀਜ਼ 'ਚ। ਆ ਲਾਸਟ ਵੀਕ ਵੀ ਜਿੱਦਾਂ ਮੈਂ ਆਇਆ ਸੀ, ਉਦੇ ਵੀ ਇੱਥੇ ਸੀ ਗੱਡੀ ਇਹ। ਬੰਦਾ ਮੇਰੇ ਨਾਲ ਸ਼ੌਂਕੀ ਆ, ਧੰਨਵਾਦ ਜੀ। ਲਓ ਜੀ ਮਿੱਤਰੋ, ਇਹਨਾਂ ਨੇ ਕਿਹਾ ਹਾਂ ਸਿਗਨੇਚਰ ਜਿਹਾ ਮਾਰਤਾ, ਇਹਦਾ ਮਤਲਬ ਆਪਾਂ ਬਿਨਾਂ ਪੈਸਿਆਂ ਤੋਂ ਗੱਡੀ ਦਵਾ ਕੇ ਲਿਆਵਾਂਗੇ ਮਿੱਤਰੋ। ਅੰਦਰੋਂ ਬਿਨਾਂ ਪੈਸਿਆਂ ਕੰਮ ਖਤਮ ਬਾਲ ਕੀਤਾ ਪਿਆ, ਆਟੋਮੈਟਿਕ ਕਾਰ ਵਾਸ਼ ਹੈ। ਲਾਈਟ ਤਾਂ ਦੇਖੋ ਕਿਵੇਂ ਲੱਗੀ ਬਈ, ਬਾਜ ਬਦਲ ਗਈ ਮਿੱਤਰੋ, ਬਦਲਣੀ ਆ ਬਈ। ਤੜਕੇ ਦੇ 4 ਵਜੇ ਦੇ ਉੱਠੇ ਹਾਂ ਅਤੇ 5:20 ਅਤੇ 20 ਮਿੰਟ ਹੋ ਗਏ। ਗੱਡੀ ਵਿੱਚੋਂ ਠੀਕ ਆ, ਦੇਖੋ ਕਿੰਨੀ ਗੰਦੀ ਹੋਈ ਪਈ ਆ, ਕਰਤੇ ਆ ਹਾਲਾਂ 'ਚ ਆਪਾਂ, ਬਹੁਤ ਗੰਦੀ ਹੋ ਗਈ ਆ। ਦੇਖੋ ਠੀਕ ਆ, ਬਣਾ ਉਨੀਆਂ ਗੱਡੀਆਂ ਗੰਦੀਆਂ ਨਹੀਂ ਹੈਗੀਆਂ, ਜਿੰਨੀ ਗੱਡੀਆਂ ਗੰਦੀਆਂ ਹੋਈਆਂ ਉਨੀਆਂ ਨਹੀਂ ਹੈਗੀ। ਤੋਰਲਾ ਭਾਈ, ਉਹ ਤੋਰਲਾ ਤੋਰਲਾ ਵੇ, ਮਿਊਜ਼ਿਕ ਲਾਉਣਾ ਪੈਣਾ ਹੈ ਤੋਰਲਾ।
कपड़ा लिया मित्रों, हूँ लै मारा सारी से कपड़ा। कपड़ा मारने तो बाद फिर देख दें की बनता, मैनू कपड़ा मार के कर दिया थोड़े ना गल। कपड़ा आप लिया मार मित्रों, तो हूँ मारा पाइपा पाइं इन्हें वैक्यूम आ, वैक्यूम मारते हैं, वैक्यूम मार के गड्डी हो जाऊ साफ, फिर जिन्ना क हो सके उन्नी क साफ सुथरी करके एक टिक चलते हैं घर। लो जी गड्डी आप धोस मार ली, बिचो कर ली साफ, देख लो सी मैट मूट जमा चमका लिया, आप वैक्यूम ला लिया। हूँ मित्रों चलते हैं घर, घर जाते हैं, देखते हैं, दो घंटे नींद लें फिर रात को। आ प्लाजा भाई अपने घर को, इतने इतने आथने कली कली गड्डी डिगदी है, मान ला कली कली गड्डी गेड़ा लाने आती है, जमा कली कली कोई गड्डी होंगी हो जी ना आती हो, नहीं तो बस फिर सारिया जमा जमा सारिया दिया सारिया आदियां ने। एक मिनट मैनू फोन आई जाता देखो थोड़े सामने, ये नबेड़ लिए। हाँ मित्रों मैं आप प्लाजा दिखा रहे थे, इतने कला कला मतलब साधन है ना भी, सारे दुकाना दुकूना ही सारे भांतियां बनिया हुई, बैंक बने हुए हैं सारे, जेड़े तो नेड़े तेड़े मेरे वर्ग के रेंदे ने उन्होंने तो कोई औखा ही नहीं है भी इतने आन जान का। गड्डिया देखो ये गड्डिया कट्टिया आ जो ट्रैक्टर ट्रूटर जो आप इतों ही रखाया से सामने वाली बिल्डिंग चो, अपना इन बाई दिया हजे तो कुछ नहीं है, तो छा थोड़ा जहा नेरा होर हो जाता, छे बजे सत्त बजे देखो इतने गड्डिया डिग दी, सलेंजर चार्जर जीपा रेंजा सारे भांतियां गड्डिया डिगन गिया। एक कल वीकेंड है, कलू देखोंगे तो मित्रों हम आप बालिया गल् मार दें, तो मेरी हुई पी आप्या थोनू तड़के टाइम दिखाया देना, वीडियो शुरू करने तो पहला छे तो हूँ दोबारे छे बज गए, बारह घंटे हो गए गड्डी च बैठा, तो हूँ कोई चाह चू पीने वीडियो लवे लेखे लाने है ना, उन्होंने अडिट करते हैं जिनी कु होंगी उन्नीक तो करा। चंगा जी सत श्रीकाल सारू, लाइक शेयर सबसक्राइब जरूर करके जाए मित्रों।